ਡੀ ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜੇ ਨੈਕਸਟ ਐਕਸਪੈਰੀਮੈਂਟ ਜਾਂ ਪ੍ਰੈਕਟੀਕਲ ਜਿਹੜਾ ਕਿ ਫੋਰਥ ਪ੍ਰੈਕਟੀਕਲ ਆ ਉਹਦੇ ਬਾਰੇ ਡਿਟੇਲ ਵਿੱਚ ਡਿਸਕਸ ਕਰਾਂਗੇ ਇਹ ਜਨਰਲ ਕਲਾਸਰੂਮ ਅਚੀਵਮੈਂਟ ਟੈਸਟ ਜਿਹੜਾ ਇਹ ਪ੍ਰੈਕਟੀਕਲ ਦਾ ਨਾਮ ਹੈ ਜਨਰਲ ਕਲਾਸਰੂਮ ਅਚੀਵਮੈਂਟ ਟੈਸਟ ਨਾ ਫਸਟ ਅਸੀਂ ਇਹਦੇ ਵਿੱਚ ਗੱਲ ਕਰਾਂਗੇ ਜਨਰਲ ਕਲਾਸਰੂਮ ਅਚੀਵਮੈਂਟ ਟੈਸਟ ਕੀ ਹੁੰਦਾ ਹੈ ਦੀ ਇੰਟਰੋਡਕਸ਼ਨ ਇਨ ਦਾ 20th ਸੈਂਚਰੀ देयर इज ਅ ਰੈਪਿਡ ਚੇਂਜ ਇਨ ਦਾ ਆਊਟਲੁੱਕ ਆਫ ਦਾ ਪੀਪਲ as a consequence schools have a greater responsibility than ever before to help the students for better achievements as well as for appropriate behavior patterns which may be a which may be beneficial for the society this better classroom achievement is one of the unique requirements for both schools as well as college pupils deserve special care and attention the classroom achievement refers to performance in class and or examination achievement in school subjects is wholly learned by conscious efforts generally achievement depends upon the sustained training and interests during childhood and adolescence the present study aims at developing testers which may measure general classroom achievement of pupils of class 6 and 6th to 8th here general achievement has been defined as success in social stu uh, studies english and science social studies measures knowledge in the areas like history geography and civics english includes a knowledge of uh, general rules regarding composition and grammar general science measures knowledge in the areas like mathematics chemistry and physics all these subjects constitute of the core subjects in the general school achievements now introduction first the students should be asked to sit properly and rapport should be established with a brief tasks with the students uh, talks with the students there are no fixed time limits for test but generally the student takes half, hour, half an hour to 45 minutes time in completing the test the tester should assure them that their answer remain confidential he or she must take every effort to secure the sincere cooperation from them students are asked to choose the correct answers by marking a right tick out of 3 options one of ਵਿਚ ਇਜ਼ ਕਰੈਕਟ ਬਾਇਓਡਾਟਾ ਆਫ ਦਾ ਸਬਜੈਕਟ ਫਿਰ ਜਿਹੜੇ ਬੱਚੇ ਤੇ ਤੁਸੀਂ ਅਪਲਾਈ ਕਰ ਰਹੇ ਹੋ ਤੇ ਕਿਹੜੀ ਕਲਾਸ ਦਾ ਉਹਦੀ ਏਜ ਕਿੰਨੀ ਹੈ ਤੁਸੀਂ ਸਾਰਾ ਮੈਂਸ਼ਨ ਕਰੋਗੇ ਫਿਰ ਜਿਹੜੀ ਜਨਰਲ ਕਲਾਸਰੂਮ ਅਚੀਵਮੈਂਟ ਮੋਟੀਵੇਸ਼ਨ ਟੈਸਟ ਹੈ ਉਹ ਇੱਥੇ ਦਿੱਤਾ ਗਿਆ ਹੈ ਤੇ ਕਲਾਸ 7th ਦੇ ਲਈ ਹੈ ਇਹਦਾ ਇੰਗਲਿਸ਼ ਵਰਜ਼ਨ ਹੈ ਇੱਥੇ ਜਿਹੜੇ ਬੱਚੇ ਤੇ ਅਪਲਾਈ ਕੀਤਾ ਉਹ ਤੁਸੀਂ ਲਿਖ ਕੇ ਭਰ ਲਵੋਗੇ ਤੇ ਉਹਦਾ ਜਿਹੜਾ ਸਕੋਰਿੰਗ ਟੇਬਲ ਉਹ ਲਿਖਣਾ ਹੈ ਕਿ ਕਿੰਨੇ ਜਿਹੜੇ ਬੱਚੇ ਨੇ EAT S80 ਤੇ SS80 ਦੇ ਵਿੱਚੋਂ ਨੇ ਮਾਰਕਸ ਲੈਣ ਜਾਂ ਸਕੋਰ ਕਿੰਨਾ ਉਹਨੇ ਪ੍ਰਾਪਤ ਕੀਤਾ ਏ ਫਿਰ ਜਿਹੜਾ ਪਾਰਟ 1 ਹੈ ਉਹਨੇ ਇਹਦੇ ਵਿੱਚ ਜਿਹੜੇ ਸਪੈਲਿੰਗਸ ਨੇ கரੈਕਟ ਸਪੈਲਿੰਗ ਦਿੱਤੇ ਹੋਏ ਨੇ ਉਹਦੇ ਵਿੱਚ ਜੋ ਇੱਕ ਸਹੀ ਹੈ ਉਹਦੇ ਉੱਪਰ ਬੱਚੇ ਨੇ ਟਿਕ ਕਰਨਾ ਹੈ ਤੇ ਤੁਸੀਂ ਉਹਦੇ ਅਕੋਰਡਿੰਗ ਲੈਫਟ ਸਾਈਡ ਤੇ ਜਿਹੜਾ ਬੱਚੇ ਨੇ ਸਕੋਰ ਗੇਨ ਕੀਤਾ ਉਹ ਤੁਸੀਂ ਨੇ ਇੱਧਰ ਲਿਖਦੇ ਜਾਣਾ ਹੈ ਤਿੰਨ ਤਿੰਨ ਦਿੱਤੇ ਹੋਏ ਸਪੈਲਿੰਗ ਇੱਕ ਸਹੀ ਹੈ ਉਹਦੇ ਵਿੱਚੋਂ ਫਿਰ ਅੱਗੇ ਫਿਲ ਅਪਸ ਨੇ ਤੇ ਜਿਹੜੀ கரੈਕਟ ਟ੍ਰਾਂਸਲੇਸ਼ਨ ਹੈ ਉਹ ਬੱਚੇ ਨੇ ਸਹੀ ਚੂਜ਼ ਕਰਨੀ ਹੈ ਫਿਰ ਜਿਹੜੇ ਅਗੋਂ मीनिंग ਨੇ ਉਹਨਾਂ ਨੂੰ ਹਿੰਦੀ ਦੇ ਵਿੱਚ ਦਿੱਤਾ ਗਿਆ ਹੈ either english ਦੇ ਵਿੱਚ ਨੇ ਤੇ ਬੱਚੇ ਨੇ ਉੱਤੇ ਟਿਕ ਕਰਨਾ ਹੈ ਨੈਕਸਟ ਵੀ ਅੱਗੇ ਤੁਸੀਂ ਲੋ ਪਾਰਟ ਉਸ ਤੋਂ ਬਾਅਦ 2 SAT ਹੋ ਗਿਆ ਹੈ SAT ਦੇ ਵਿੱਚ ਜਿਹੜਾ ਮੈਥਸ ਵਗੈਰਾ ਨਾਲ ਦੇਖੋ ਰਿਲੇਟਡ ਤੁਸੀਂ ਕੁਐਸਚਨਸ ਦੇਖ ਰਹੇ ਹੋ ਤੁਸੀਂ ਦੇਖਣਾ ਕਿ ਬੱਚੇ ਕਿੰਨੇ ਅਟੈਂਪਟ ਕਰ ਰਿਹਾ ਹੈ ਤੇ ਉਹਦੇ ਅਕੋਰਡਿੰਗ ਹੀ ਤੁਸੀਂ ਬੱਚੇ ਦਾ ਜਿਹੜਾ ਸਕੋਰ ਹੈ ਉਹ ਤੁਸੀਂ ਨੇ ਨੋਟ ਡਾਊਨ ਕਰਦੇ ਜਾਣਾ ਹੈ ਪਾਰਟ 3 ਹੈ SSAT ਤੇ ਇਹਦੇ ਵਿੱਚੋਂ ਕਿੰਨੇ ਬੱਚੇ ਨੇ ਸਕੋਰ ਲਿਆ ਤੁਸੀਂ ਉਹਨੂੰ ਵੀ ਜਿਹੜਾ ਨਾਲ-ਨਾਲ ਹੀ ਨੋਟ ਕਰਨਾ ਹੈ ਬੱਚੇ ਦਾ ਜਦੋਂ ਤੁਸੀਂ ਨੇ ਚੈੱਕ ਕਰਨਾ ਹੈ ਬੱਚਿਆਂ ਨੂੰ ਸਿਰਫ ਇੱਕ ਹੀ ਟਿੱਕ ਲਗਾਉਣੀ ਹੈ ਤੁਸੀਂ ਇਨਸਟਰਕਸ਼ਨ ਦੇ ਵਿੱਚ ਪਹਿਲਾਂ ਹੀ ਬੱਚੇ ਨੂੰ ਦੱਸ ਦੇਣਾ ਹੈ ਹੁਣ ਇਹਦੇ ਵਿੱਚ ਟੋਟਲ ਜਿਹੜੇ 30 ਕੁਐਸਚਨਸ ਸੀ ਤੇ ਹੁਣ ਅਗੇ ਜਨਰਲ ਕਲਾਸਰੂਮ ਅਚੀਵਮੈਂਟ ਟੈਸਟ ਫਾਰ 6th ਕਲਾਸ 7th ਕਲਾਸ ਇਹਦੇ ਲਈ ਵੀ ਤੁਸੀਂ ਇਹਨੂੰ ਅਪਲਾਈ ਕਰ ਰਹੇ ਹੋ ਦ ਮੈਕਸਿਮਮ ਪੋਸੀਬਲ ਸਕੋਰ ਔਨ ਦਿਸ ਟੈਸਟ ਇਜ਼ 100 ਦਿਸ ਟੈਸਟ ਕੰਸਿਸਟਸ ਆਫ ਥ੍ਰੀ ਸੈਕਸ਼ਨਸ ਨੇਮਲੀ ਇੰਗਲਿਸ਼ ਅਚੀਵਮੈਂਟ ਟੈਸਟ EAT ਤੁਸੀਂ ਫਿਰ ਇਹਨਾਂ ਦਾ ਜਿਹੜਾ ਤਿੰਨਾਂ ਦਾ ਸਕੋਰ ਆ ਉਹ ਅਲੱਗ-ਅਲੱਗ ਕੱਢਣਾ ਹੈ ਸੈਕਿੰਡ ਹੈ ਸਾਇੰਸ ਅਚੀਵਮੈਂਟ ਟੈਸਟ SAT ਤੀਸਰਾ ਹੈ ਸੋਸ਼ਲ ਸਟੱਡੀਜ਼ ਅਚੀਵਮੈਂਟ ਟੈਸਟ SSAT ਦਾ ਇਨ ਹੈਜ਼ ਅ ਮੈਕਸਿਮਮ ਆਫ थर्टी फाइव स्कोर द सैट हैज ऑल्सो मैक्सीम ऑफ थर्टी फाइव स्कोर एंड एस एस ए टी हैज़ मैक्सीम ऑफ थर्टी स्कोर मीन्स टोटल हंड्रेड स्कोर जो पेपर है डिटेल्स ऑफ गिविंग स्कोर फॉर ईच क्रैक्ट आंसर हैज़ बीन प्रजेंटेड इन द टेबल ऑफ स्कोरिंग की ईच इन करैक्ट आंसर द टेस्ट इज अवार्डेड अ स्कोर ऑफ 0 मींस ਇਹਦੇ ਵਿੱਚ ਕੋਈ ਵੀ ਜਿਹੜੀ ਨੈਗੇਟਿਵ ਮਾਰਕਿੰਗ ਆ ਉਹ ਨਹੀਂ ਹੈ ਜਦੋਂ ਤੁਸੀਂ ਅਪਲਾਈ ਕਰੋਗੇ ਉਦੋਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਜਨਰਲ ਕਲਾਸਰੂਮ ਅਚੀਵਮੈਂਟ ਟੈਸਟ ਫॉर ਕਲਾਸ 7th द ਮੈਕਸਿਮਮ ਪੋਸੀਬਲ ਸਕੋਰ ਔਨ ਥਿਸ ਇੱਥੇ ਤੁਸੀਂ ਪਹਿਲਾਂ ਜਿਹੜਾ ਨਾਲ ਨਾਲ ਉਸ ਸਾਈਡ ਦਾ ਪਲੇਨ ਪੇਜ ਆ ਉਹਨੂੰ ਵੀ ਰੈਡੀ ਕਰ ਲੈਣਾ ਨਾਰਮਸ ਫॉर ਅਰਬਨ ਐਂਡ ਰੂਰਲ ਚਿਲड्रन ਫॉर ਕਲਾਸ 7th ਤੇ ਇੱਥੇ ਲਿਖਿਆ ਹੈ ਆਬਟੇਨਡ ਮਾਰਕਸ ਤੇ ਇੰਟੀਗਰਲਸ ਜਿਹੜਾ ਸਕੋਰ ਹੈ ਉਹ ਤੁਸੀਂ ਦੇਖਣਾ ਹੈ ਕਿ ਬੱਚਾ ਕਿੰਨੇ ਜਿਹੜਾ ਸਕੋਰ ਲੈ ਰਿਹਾ ਤੇ ਫਿਰ ਉਹ ਕਿਹੜੀ ਕੈਟਾਗਰੀ ਦੇ ਵਿੱਚ ਆ ਰਿਹਾ ਹੈ ਟੈਸਟ ਇਜ਼ ਆਲਸੋ 100 ਦਾ ਟੈਸਟ ਟੂ ਕਨਸਿਸਟਸ ਆਫ 3 ਸੈਕਸ਼ਨ ਹੁਣ ਇਹਦੇ ਵੀ ਜਿਹੜੇ ਤਿੰਨ ਸੈਕਸ਼ਨ ਨੇ ਉਹ ਜਿਹਨੇ ਕਿ ਅਸੀਂ ਪਹਿਲਾਂ ਗੱਲ ਕੀਤੀ ਸੀ ਈਏਟੀ ਐਸ ਏਟੀ ਐਂਡ ਐਸੈਸ ਏਟੀ ਤੇ ਜਿਹੜਾ ਇਹਨਾਂ ਦਾ ਸਕੋਰ ਹੈ ਪਹਿਲੇ ਦਾ ਵੀ 35 ਹੈ ਸੈਕਿੰਡ ਦਾ ਵੀ ਤੇ ਜਿਹੜਾ ਡਿਟੇਲਡ ਆਫ ਗਿਵਿੰਗ ਸਕੋਰ ਦਾ ਜਿਹੜਾ ਐਸ ਐਸ ਏ ਟੀ ਆ ਉਹਦੇ ਵੀ 30 ਜਿਹੜੇ ਮਾਰਕਸ ਨੇ ਦਾ ਡਿਟੇਲਸ ਆਫ ਗਿਵਿੰਗ ਸਕੋਰ ਫॉर ਈਚ ਕਰੈਕਟ ਆਨਸਰ ਆਫ ਆਈਟਮਸ ਔਨ ਦਾ ਟੈਸਟ ਹੈਜ਼ ਬੀਨ ਪ੍ਰੈਜ਼ੈਂਟਡ ਇਨ ਟੇਬਲ ਆਫ ਸਕੋਰਿੰਗ ਕੀ ਨੈਕਸਟ ਇਹਦੀ ਅਸੀਂ ਵੈਲਿਡਿਟੀ ਦੀ ਗੱਲ ਕਰਾਂਗੇ ਦ ਪ੍ਰੈਜ਼ੈਂਟ ਟੈਸਟ ਜੀ ਸੀ ਏ ਟੀ ਫॉर ਕਲਾਸ ਐਸ ਵੈਲ ਐਸ 7th ਹੈਜ਼ ਬੀਨ ਵੈਲਿਡੇਟਡ ਅਗੇਂਸਟ ਦਾ ਫਾਲੋਇੰਗ ਕ੍ਰਾਈਟੇਰੀਆ ਐਗਜ਼ਾਮੀਨੇਸ਼ਨ ਮਾਰਕਸ ਟੀਚਰਸ ਓਪੀਨੀਅਨ ਰੇਟਿੰਗ ਇਨ ਇੰਟਰਵਿਊਜ਼ ਦ ਸਕੋਰ ਆਫ 40 ਸਟੂਡੈਂਟਸ ਰੀਡਿੰਗ ਇਨ ਕਲਾਸ 7th ਹੂ ਹੈਡ ਨੋਲੇਜ ਆਫ ਕਲਾਸ 6th ਮੀਨਸ ਉਹ ਬੱਚੇ ਜਿਹੜੇ ਕਿ 7th ਦੇ ਵਿੱਚ ਹੋ ਚੁੱਕੇ ਤੇ ਜਿਨ੍ਹਾਂ ਨੂੰ 6th ਦੀ ਨੋਲੇਜ ਸੀ ਅੱਗੇ ਜਿਹੜਾ ਤੁਸੀਂ ਪਲੇਨ ਪੇਜ ਆਫ ਨਾਲ ਦੀ ਨਾਲ ਤੁਸੀਂ ਨੇ ਕੰਪਲੀਟ ਕਰਨਾ ਹੈ ਕੁਆਲਿਟੇਟਿਵ ਐਂਡ ਡਿਸਕ੍ਰਿਪਸ਼ਨ ਆਫ ਦਾ ਆਬਟੇਨਡ ਪ੍ਰੈਸਕ੍ਰਾਈਵ ਰੈਂਕ ਪਰਸੈਂਟਾਈਲ ਰੈਂਕ ਪਰਸੈਂਟਾਈਲ ਰੈਂਕ ਤੁਸੀਂ ਇਹ ਦੇਖਣਾ ਕਿ ਕਿੰਨੇ ਬੱਚਾ ਲੈ ਰਿਹਾ ਤੇ ਉਹਦੀ ਇਧਰ ਜਿਹੜੀ ਡਿਸਕ੍ਰਿਪਸ਼ਨ ਆ ਉਹ ਹੈਗੀ ਹੈ ਅਗਰ ਬੱਚਾ 70 ਤੋਂ ਲੈ ਕੇ 89 ਦੇ ਵਿੱਚ ਲੈ ਰਿਹਾ ਤਾਂ ਉਹ ਸੁਪੀਰੀਅਰ ਦੇ ਵਿੱਚ ਕਾਊਂਟ ਹੋਏਗਾ ਇਸ ਤਰੀਕੇ ਨਾਲ ਤੁਸੀਂ ਆਪਣੇ ਬੱਚੇ ਦਾ ਜਿਹੜਾ ਸਕੋਰ ਹੈ ਉਹ ਇੱਥੇ ਲਿਖ ਕੇ ਦੱਸਣਾ ਹੈ ਕਿ ਉਹ ਬੱਚਾ ਕਿਹੜੀ ਕਿਹੜੀ ਕੈਟਾਗਰੀ ਦੇ ਵਿੱਚ ਆ ਰਿਹਾ ਹੈ ਜਿਹੜਾ ਸੀ ਜੀ 80 6th ਕਲਾਸ ਐਂਡ ਆਫ ਅਨਦਰ 40 ਸਟੂਡੈਂਟਸ ਰੀਡਿੰਗ ਇਨ ਕਲਾਸ 7th ਹੂ ਹੈਡ ਨੋਲੇਜ ਆਫ ਇਨ ਕਲਾਸ 8th uh, who have who had knowledge of class 7th on GCAT 7th were separately correlated against the last annual examination marks of these students likewise teachers opinion in the terms of four points rating best to uh, 4 goodly 3 fair 2 poor 1 of uh, rating hun ide layi jehde norms ki ne percentile norms have been constructed for both achievement tests for this the test was administered on a fresh heterogeneous sample of 300 students studying in class 6th and 300 students in class 7th samples were taken from urban as well as rural areas means jinne tusi urban bache te apply kar rahe ho unna hi rural bacheyan de upar apply karna their age ranged between 10 to 12 years interpretation ਕੀ ਹੈ ਇਸ ਟੈਸਟ ਨੂੰ ਜਦੋਂ ਅਸੀਂ ਨੇ ਅਪਲਾਈ ਕੀਤਾ ਦਾ ਸਬਜੈਕਟ ਹਰਜੀਵਨ ਸਿੰਘ ਅਬਟੇਨ ਸਕੋਰ 63 ਆਊਟ ਆਫ 100 ਹੁਣ ਬੱਚੇ ਨੇ ਜਿੰਨਾ ਸਕੋਰ ਕੀਤਾ ਦਾ ਸਬਜੈਕਟ ਅਚੀਵ ਟੂ ਅਚੀਵ 70 ਜਿਹੜਾ ਪਰਸੈਂਟਾਈਲ ਰੈਂਕ ਹੈ ਉਹਦਾ 70 ਸੀ ਦਾ ਸਬਜੈਕਟ ਇਜ਼ ਸੁਪੀਰੀਅਰ ਇਨ ਡਿਸਕ੍ਰਿਪਸ਼ਨ ਲੁਕਿੰਗ ਐਟ ਦਾ ਵੇਰੀਅਸ ਸਾਈਕੋਮੈਟ੍ਰਿਕ ਪ੍ਰੋਪਰਟੀਜ਼ ਆਫ ਦਾ ਟੈਸਟ ਇਟ ਕੈਨ ਬੀ